ਭੁਪਿੰਦਰ ਸਿੰਘ ਛੇਜੂਣ ਅੱਜ ਜੋ ਕਿ 31 ਦਸੰਬਰ ਆ ਕੱਲ ਨੂੰ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਜਿਹੜਾ ਨਵਾਂ ਸਾਲ ਚੜ੍ਹਨਾ ਆ ਤੋ ਅੱਜ ਇੱਥੇ ਕਿਲ੍ਹਾ ਗੋਬਿੰਦਗੜ੍ਹ ਜਿਹੜਾ ਦਸਮ ਪਿਤਾ ਜੀ ਦੇ ਨਾਂ ਦੇ ਉੱਤੇ ਰੱਖਿਆ ਗਿਆ ਵਾ ਔਰ ਇਹ ਇਤਿਹਾਸ ਦੇ ਨਾਲ ਸੰਬੰਧਿਤ ਕਿਲ੍ਹਾ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੋਸ਼ਾਖਾਨਾ ਸੀਗਾ ਸਿੰਘਾਂ ਦਾ ਜਿਹੜੇ ਹਥਿਆਰ ਇੱਥੇ ਰੱਖੇ ਜਾਂਦੇ ਸੀਗੇ ਉਹਦੇ ਨਾਲ ਸੰਬੰਧਿਤ ਕਿਲ੍ਹੇ ਦੇ ਵਿੱਚ ਅੱਜ ਜਿਹੜੀ ਕੋਈ ਇਹਨਾਂ ਨੇ ਪਾਰਟੀ ਕਰਨੀ ਸੀਗੀ ਉਹਦੇ ਵਿੱਚ ਇਹਨਾਂ ਵੱਲੋਂ ਜਿਹੜਾ ਸ਼ਰਾਬ ਅਤੇ ਮੀਟ ਵਰਤਾਇਆ ਜਾਣਾ ਸੀਗਾ ਜੋ ਸਾਨੂੰ ਅੰਦਰੋਂ ਹੀ ਕਿਸੇ ਨੇ ਇਤਲਾਹ ਦਿੱਤੀ ਜਿਹੜਾ ਕੋਈ ਬੰਦਾ ਕੰਮ ਕਰਦਾ ਸੀਗਾ ਸੋ ਉਸ ਨੂੰ ਮੱਦੇਨਜ਼ਰ ਦਾਸ ਸਭ ਤੋਂ ਪਹਿਲਾਂ ਪਹੁੰਚ ਕੇ ਇੱਥੇ ਆਇਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਪਹਿਲਾਂ ਤਾਂ ਜਿਹੜੇ ਸਿਕਿਉਰਿਟੀ ਵਾਲੇ ਉਹ ਸਾਫ਼ ਹੀ ਮੁੱਕਰ ਗਏ ਵੀ ਇਹੋ ਜਿਹਾ ਇੱਥੇ ਕੋਈ ਕੰਮ ਨਹੀਂ ਹੋਊਗਾ ਸੋ ਬਾਅਦ ਵਿੱਚ ਜਦੋਂ ਪ੍ਰਸ਼ਾਸਨ ਇੱਥੇ ਆਉਂਦਾ ਆ ਅਤੇ ਪ੍ਰਸ਼ਾਸਨ ਨੂੰ ਆਪਾਂ ਦੱਸਦੇ ਹਾਂ ਅਤੇ ਇਹਨਾਂ ਦੇ ਸੀਨੀਅਰ ਅਧਿਕਾਰੀ ਜਿਹੜੇ ਆਉਂਦੇ ਆ ਕਿਲ੍ਹੇ ਦੀ ਜਿਹੜੀ ਮੈਨੇਜਮੈਂਟ ਆ ਉਹ ਅਧਿਕਾਰੀ ਅੰਦਰ ਆਉਂਦੇ ਆ ਸੋ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਵੀ ਜ਼ਰੂਰ ਜੀ ਇੱਥੇ ਸ਼ਰਾਬ ਵੀ ਚੱਲੇਗੀ ਅਤੇ ਮੀਟ ਵੀ ਚੱਲੇਗਾ ਪਰ ਸਾਡੇ ਕੋਲੋਂ ਉਹਦੀ ਅਥਾਰਟੀ ਆ ਪੰਜਾਬ ਸਰਕਾਰ ਵੱਲੋਂ ਸਾਨੂੰ ਇੱਕ ਲਾਇਸੈਂਸ ਮਿਲਿਆ ਹੋਇਆ ਵਾ ਸੋ ਇਹਨਾਂ ਨੇ ਸਾਨੂੰ ਜਿਹੜੇ ਆ ਉਹ ਆਪਣਾ ਕਾਪੀ ਜਿਹੜੀ ਆ ਫਾਈਲ ਸਾਨੂੰ ਮੋਬਾਈਲ ਦੇ ਉੱਤੇ ਭੇਜੀ ਆ ਉਹ ਇਹਨਾਂ ਨੇ ਵੀ ਸੱਚ ਕਿਹਾ ਵਾ ਵੀ ਉਹ ਵਾਕਿਆ ਹੀ ਇਹਨਾਂ ਨੂੰ ਪੰਜਾਬ ਸਰਕਾਰ ਨੇ ਪੰਜਵੇਂ ਮਹੀਨੇ ਸ਼ਰਾਬ ਪਿਆਉਣ ਦਾ ਜਿਹੜਾ ਜਿਹਨੂੰ ਆਪਾਂ ਬਾਰ ਦਾ ਲਾਇਸੈਂਸ ਕਹਿ ਦਿੰਦੇ ਹਾਂ ਬੀਅਰ ਬਾਰ ਦਾ ਲਾਇਸੈਂਸ ਇਹਨਾਂ ਨੂੰ ਇਸ਼ੂ ਕੀਤਾ ਆ ਸੋ ਸਾਡੀ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇੱਕ ਇਤਿਹਾਸਿਕ ਸਥਾਨ ਦੇ ਉੱਤੇ ਇਹ ਅੰਨੀ ਸਰਕਾਰ ਕਿਵੇਂ ਪਰਮਿਸ਼ਨ ਦੇ ਸਕਦੀ ਆ ਜੇ ਇਹਨਾਂ ਕੋਲ ਪਰਮਿਸ਼ਨ ਵੀ ਹੈਗੀ ਆ ਤਾਂ ਅਸੀਂ ਇਹਦਾ ਵਿਰੋਧ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਵਿਰੋਧ ਕਰਦੇ ਹਾਂ ਵੀ ਸਾਡੇ ਜਿਹੜੇ ਆ ਇਤਿਹਾਸ ਦੇ ਨਾਲ ਜੁੜਦੇ ਜਿਹੜੇ ਸਥਾਨ ਆ ਉਹਨਾਂ ਦੇ ਉੱਤੇ ਕੰਮ ਨਹੀਂ ਹੋਣਾ ਚਾਹੀਦਾ ਸੋ ਜਥੇਬੰਦੀਆਂ ਇੱਥੇ ਆ ਕੇ ਖਲੋਤੀਆਂ ਨੇ ਦਾਸ ਅੰਦਰ ਗਿਆ ਸੀਗਾ ਅੰਦਰ ਉਹੋ ਹੀ ਮਾਹੌਲ ਆ ਜਿਵੇਂ ਇੱਕ ਵਿਆਹ ਦੇ ਵਿੱਚ ਸਟੇਜ ਲਾਈ ਜਾਂਦੀ ਆ ਗੋਲ ਟੇਬਲ ਲੱਗੇ ਆ ਅਤੇ ਸਾਰਾ ਹੀ ਇਹਨਾਂ ਦੀ ਜਿਹੜੀ ਮੈਨੇਜਮੈਂਟ ਉਹਨਾਂ ਨੇ ਮੰਨਿਆ ਵੀ ਆ ਕਿ ਇਹ ਕੰਮ ਚੱਲੇਗਾ ਮੀਟ ਸ਼ਰਾਬ ਦਾ ਸੋ ਅਸੀਂ ਜਥੇਬੰਦੀਆਂ ਇੱਥੇ ਪਹੁੰਚ ਚੁੱਕੀਆਂ ਵਾਂ ਸੋ ਅਸੀਂ ਜਿਹੜਾ ਇਹਦਾ ਵਿਰੋਧ ਕਰਦੇ ਹਾਂ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਪਰ ਪ੍ਰਸ਼ਾਸਨ ਨੇ ਤੇ ਅੱਜ ਦੀ ਦਿਹਾੜੀ ਅਸਲੇ ਦੇ ਨਾਲ ਸ਼ਰਾਬ ਵੀ ਮਨਾ ਕੀਤੀ ਪਰ ਉਹਦੀ ਪਰਮਿਸ਼ਨ ਕਿਵੇਂ ਮਿਲ ਸਕਦੀ ਹੈ ਦੇਖੋ ਪ੍ਰਸ਼ਾਸਨ ਆਪਾਂ ਪੁਲਿਸ ਨੂੰ ਕਹਿ ਦਿੰਦੇ ਹਾਂ ਨਾ ਅਤੇ ਪੁਲਿਸ ਉਹਦੀ ਹੁੰਦੀ ਆ ਜਿਹਦੀ ਸਰਕਾਰ ਆ ਪੁਲਿਸ ਵੀ ਕਿਤੇ ਨਾ ਕਿਤੇ ਆਪਣੀ ਥਾਂ 'ਤੇ ਮਜਬੂਰ ਹੁੰਦੀ ਆ ਵੀ ਪੁਲਿਸ ਦੀ ਮਜਬੂਰੀ ਹੁੰਦੀ ਆ ਵੀ ਜੇ ਕੋਈ ਮੰਨ ਲਓ ਵੀ ਪੁਲਿਸ ਕੋਈ ਕੰਮ ਕਰਨ ਲੱਗੀ ਆ ਅਤੇ MLA ਉੱਥੇ ਫੋਨ ਆ ਜਾਂਦਾ ਵੀ ਆਹ ਕੰਮ ਨਹੀਂ ਕਰਨਾ ਸੋ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਿਲਕੁਲ ਲੀਹੋਂ ਲੈ ਚੁੱਕੀ ਆ ਉਹ ਸਿੱਖ ਸਿਧਾਂਤਾਂ ਨੂੰ ਤਾਕ 'ਤੇ ਰੱਖ ਕੇ ਅਤੇ ਆਪਣੀ ਜਿਹੜੀ ਜੇਬਾਂ ਗਰਮ ਕਰਨ ਦੀ ਆਪਣੀ ਕਮਾਈ ਦੇ ਸਾਧਨ ਵੇਖਣ ਦੀ ਆ ਵੀ ਇਤਿਹਾਸ ਨਾਲ ਜੁੜੀ ਹੋਈ ਥਾਂ ਦੇ ਉੱਤੇ ਕਿਵੇਂ ਸ਼ਰਾਬ ਅਤੇ ਮੀਟ ਚੱਲ ਸਕਦਾ ਆ ਅਜਾਸ਼ੀ ਕਿਵੇਂ ਚੱਲ ਸਕਦੀ ਆ ਸੋ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਤੇ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਊਗਾ ਅੰਦਰ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਗੈਸਟ ਵਗੈਰਾ ਆ ਰਹੇ ਅੰਦਰ ਪਾਸ ਦਾ ਰੇਟ ਵੀ ਰੱਖੇ ਗਏ ਨੇ ਹਾਂਜੀ ਹਾਂਜੀ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਏਗਾ ਕਿ ਨਹੀਂ ਨਹੀਂ ਦੇਖੋ ਆਪਾਂ ਤਾਂ ਇੱਥੇ ਜਿਹੜੇ ਖਲੋ ਗਏ ਆ ਅਸੀਂ ਤਾਂ ਇਹਦਾ ਵਿਰੋਧ ਕਰਦੇ ਹਾਂ ਅਸੀਂ ਅੰਦਰ ਨਹੀਂ ਜਾਣ ਦੇਵਾਂਗੇ ਇਹਦੀ ਸਭ ਤੋਂ ਪਹਿਲਾਂ ਜਿਹਦੀ ਜਾਣਕਾਰੀ ਆ ਸਾਡੇ ਸਤਿਕਾਰ ਕਮੇਟੀ ਦੇ ਸਤਿਕਾਰਯੋਗ ਭੈਣ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਇੱਧਰ ਹਾਂਜੀ ਹਾਂਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਖੋ ਜਿੰਨੇ ਵੀ ਸਿੰਘ ਆ ਇਹਨਾਂ 'ਚ ਅਸੀਂ 3 ਜਣੇ ਅੰਦਰ ਦੇਖਣ ਗਏ ਸੀਗੇ ਪ੍ਰੋਗਰਾਮ ਉਹਦੇ ਵਿੱਚ ਮੇਰੇ ਨਾਲ ਭੈਣ ਮਨਿੰਦਰ ਕੌਰ ਸੀਗੇ ਸਤਿਕਾਰ ਕਮੇਟੀ ਤੋਂ ਅਤੇ ਨਾਲ ਐਡਵੋਕੇਟ ਅੰਮ੍ਰਿਤਪਾਲ ਸਿੰਘ ਸੀਗੇ ਮਹਾਰਾਸ਼ਟਰ ਤੋਂ ਸੋ ਅਸੀਂ ਅੰਦਰ ਵੇਖ ਕੇ ਆਏ ਹਾਂ ਵੀ ਉਹਨਾਂ ਨੇ ਸਾਨੂੰ ਇਹ ਜਿਹੜੇ ਔਰਗਨਾਈਜ਼ਰ ਨੇ ਉਹਨਾਂ ਨੇ ਤਾਂ ਸਾਨੂੰ ਇਹ ਵਿਖਾਇਆ ਕਿ ਵੇਖੋ ਇਹ ਜਿਹੜਾ ਪ੍ਰੋਗਰਾਮ ਥੋੜ੍ਹਾ ਵੱਖਰੀ ਗਰਾਊਂਡ ਦੇ ਵਿੱਚ ਹੋ ਰਿਹਾ ਵਾ ਪਰ ਸਾਡਾ ਇਹ ਕਹਿਣਾ ਆ ਵੀ ਗਰਾਊਂਡ ਦਾ ਗੇਟ ਇੱਕ ਆ ਅੰਦਰ ਇਹਦਾ ਸਾਰੇ ਦਾ ਨਾਂ ਕਿਲ੍ਹਾ ਗੋਬਿੰਦਗੜ੍ਹ ਆ ਠੀਕ ਆ ਉਹ ਸਾਰਾ ਸੇਮ ਆ ਪ੍ਰੋਗਰਾਮ ਸੋ ਕਮੇਟੀ ਨੇ ਇਹ ਵੀ ਮੰਨਿਆ ਵਾ ਵੀ ਸਾਡੇ ਕੋਲੋਂ ਜਿਹੜਾ ਸ਼ਰਾਬ ਪਿਆਉਣ ਦਾ ਲਾਇਸੈਂਸ ਆ ਸਰਕਾਰ ਨੇ ਜਿਹੜਾ 5ਵੇਂ ਮਹੀਨੇ 2022 'ਚ ਇਸ਼ੂ ਕੀਤਾ ਆ ਸੋ ਉਹ ਕਮੇਟੀ ਨੇ ਸਾਨੂੰ ਕਾਗਜ਼ਾ ਜਿਹੜੇ ਪ੍ਰੋਵਾਈਡ ਕਰਾਤੇ ਆ ਅੰਦਰ ਜਿਵੇਂ ਮਾਹੌਲ ਹੁੰਦਾ ਜਿਵੇਂ ਵਿਆਹ ਸ਼ਾਦੀਆਂ ਵਾਲੇ ਟੇਬਲ ਲੱਗੇ ਆ ਇੱਕ ਸਟੇਜ ਵੀ ਲੱਗੀ ਆ ਅਤੇ ਪ੍ਰੋਗਰਾਮ ਅਜੇ ਸ਼ੁਰੂ ਨਹੀਂ ਹੋਇਆ ਸੋ ਉਹਨਾਂ ਨੇ ਇਹ ਕਹਿਤਾ ਵਾ ਵੀ ਸਾਡੇ ਕੋਲ ਲਾਇਸੈਂਸ ਆ ਅਤੇ ਪ੍ਰਸ਼ਾਸਨ ਨੇ ਵੀ ਸਾਨੂੰ ਕਹਿਤਾ ਵਾ ਵੀ ਉਹਨਾਂ ਨੂੰ ਪ੍ਰਸ਼ਾਸਨ ਨੇ ਕਿਹਾ ਵਾ ਕਿ ਉਹਨਾਂ ਨੂੰ ਲਾਇਸੈਂਸ ਜਿਹੜਾ ਸਰਕਾਰ ਨੇ ਇਸ਼ੂ ਕੀਤਾ ਸੋ ਇਹਨਾਂ ਦਾ ਨਹੀਂ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਸੋ ਸਾਡੇ ਸਿੰਘ ਜਿਹੜੇ ਆ ਹੋਰ ਆਉਂਦੇ ਆ ਭਾਈ ਬਲਬੀਰ ਸਿੰਘ ਮੁੱਛਲ ਹੁਣੀ ਆਉਂਦੇ ਆ ਉਹਨਾਂ ਨਾਲ ਗੱਲ ਕਰਕੇ ਆਪਾਂ ਵੇਖਦੇ ਆ ਵੀ ਅਗਲੀ ਜਿਹੜੀ ਕਾਰਵਾਈ ਜਿਹੜੀ ਕੀ ਹੋਊਗੀ ਇਹ ਜਿਹੜਾ ਕਿਲ੍ਹਾ ਵਾ ਇਹਦੇ ਇਤਿਹਾਸ ਕੀ ਆ ਔਰ ਅੰਦਰ ਦੀ ਇਸ ਕਿਲ੍ਹੇ ਦੇ ਵਿੱਚ ਜਿਹੜੀ ਪਰਮਿਸ਼ਨ ਮਿਲੀ ਆ ਉਹ ਕਦੀ ਕਦੀ ਪਰਮਿਸ਼ਨ ਮਿਲੀ ਪਰਮਿਸ਼ਨ ਵੇਖੋ ਬਾਰ ਦੀ ਪਰਮਿਸ਼ਨ ਹੈ ਇਹਨਾਂ ਕੋਲ ਕਿ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਸ਼ਰਾਬ ਅਤੇ ਮੀਟ ਜੋ ਵੀ ਆ ਇੱਕ ਰੈਸਟੋਰੈਂਟ ਦੇ ਵਿੱਚ ਹੁੰਦਾ ਵਾ ਇਸ 'ਚ ਨੌਨ ਵੈਜ ਖਾਣਾ ਜਾਂ ਕਹਿ ਦਿਓ ਵੀ ਹਾਤੇ ਦੇ ਵਿੱਚ ਜਿਹਨੂੰ ਆਪਾਂ ਦੇਸੀ 'ਚ ਕਹਿ ਦਿੰਦੇ ਹਾਂ ਉਹ ਸਾਰੀ ਇਹਨਾਂ ਕੋਲ ਪਰਮਿਸ਼ਨ ਸਰਕਾਰ ਨੇ ਦਿੱਤੀ ਆ ਅੰਦਰ ਵੇਖੋ ਸਿੰਘਾਂ ਦੇ ਇੱਕ ਸਟੈਚੂ ਬਣੇ ਆ ਉਹ ਬਰਛੇ ਫੜੇ ਸਿੰਘਾਂ ਨੇ ਉਹਨਾਂ ਨੇ ਅੰਮ੍ਰਿਤ ਛਕੇ ਹੋਏ ਗਾਤਰੇ ਪਾਏ ਹੋਏ ਜਿਹੜੇ ਬੁੱਤ ਬਣਾਏ ਆ ਸੋ ਉਹ ਵੇਖਦੇ ਹੋਏ ਤਾਂ ਆਪਾਂ ਕਹਿ ਸਕਦੇ ਹਾਂ ਵੀ ਸਰਕਾਰ ਦੀ ਬੜੀ ਬੇਵਕੂਫ ਸਰਕਾਰ ਆ ਔਰ ਸਰਕਾਰ ਜਿਹੜੀ ਆ ਸਿੱਖ ਸਿਧਾਂਤਾਂ ਨੂੰ ਤਾਕ 'ਤੇ ਰੱਖ ਕੇ ਹੋਏ ਆਪਣੇ ਪੈਸਾ ਕਮਾਉਣ ਵਾਸਤੇ ਜਿਹੜੇ ਇਹੋ ਜਿਹੇ ਕੰਮ ਕਰ ਰਹੀ ਹੈ ਇਹ ਜਿਹੜਾ ਕਿਲ੍ਹਾ ਵਾ ਕਿਹਦੇ ਅੰਡਰ ਵਾ ਔਰ ਕਿਉਂ ਪਰਮਿਸ਼ਨ ਦਿੱਤੀ ਗਈ ਦੇਖੋ ਕਿਲ੍ਹਾ ਤਾਂ ਪੰਜਾਬ ਸਰਕਾਰ ਦੇ ਅੰਡਰ ਹੀ ਦੇ ਦਿੱਤਾ ਸੀਗਾ ਅੱਜ ਤੋਂ ਕਾਫੀ ਸਮਾਂ ਪਹਿਲਾਂ
मेरा ख्याल अज तो 10 साल पहलों की गल है भी ये पंजाब सरकार को किला दिता गया सी आर्मी का भी ये वासा हैगा आ भी आर्मी भी ये अंदर ही आ शायद वो होर जगह हो सकती है पर यह अंदर जो इतिहासिक किला आ महाराजा रणजीत सिंह जी के नाल जुड़ता है किला तो इतने तोशाखाना सीगा उन्हों का फौजा का और यह किला 10वें पातशाह गुरु गोबिंद सिंह महाराज सच्चे पातशाह के उत्ते नाँ के उत्ते इन्हों का रखा गया गोबिंदगढ़ फोर्ट गोबिंद किला गोबिंदगढ़ किला सो सानू ये चीज़ा मतलब मंजूर नहीं गई पर हम प्रशासन तो वो जे अपने कागज़ लैके विखा रहे भी साढ़े को कागज़ या परमिशन आ सो मेरा ख्याल है भी सानू सरकार दे नाल फिटे मूँह करना चाहिए सरकार का यहो जी का कि जी सिख सिद्धांतों ताकत रख के ते अपना पैसा कमा रही है अंदर शराब या मीट देख के आए नहीं अजे पार्टी जी शुरू नहीं हुई इन्ह का समा लेट आ मेरा ख्याल 12 बजे का आ हजे तो इन्हों के जेडे गैसट जिन्होंने कोई पास लाए या टिकटा लाइया वो आने नहीं शुरू होए उ बैठे आप वेखे नहीं है आप मन उतना इन्होंने आप मन भी अंदर मीट शराब चलाने कौन कौन मन जे अंदर मैनेजर इन्हों नाम ने मैं याद है बाकी इतने मन के गए भी अंदर मीट शराब चलता है परमिशन परमिशन पढ़ी वालों परमिशन और की परमिशन वह भगवंत मान वालों 5/5/2022 उन्होंने दी है आम पार्टी ने तो अं बिल्कुल विरोध करा तो डट के करा अंदर नहीं चलन जथेबंदियां सारिया का काठ आ सत्कार कमेटियां भाई भुपिंदर सिंह 6 जून भाई भुपिंदर सिंह 6 जून भैन मनिंदर कौर सत्कार कमेटी तो भाई अमृतपाल सिंह उतों आ महाराष्ट्र तो वकील ਪਹਿਲੀ ਗੁਰਦਾਸਪੁਰ 'ਚ ਜਦੋਂ ਸੋਨੀ ਦੇ ਖਿਲਾਫ ਧਰਨਾ ਲੱਗਾ ਤੇ ਭੈਣ ਦਾ ਰਵੱਈਆ ਇਹ ਸੀ ਕਿ ਉਹਨੂੰ ਜੇਲ੍ਹ ਭੇਜ ਕੇ ਤੇ ਮੁੜੀ ਤੇ ਅੱਜ ਕਿਲਾ ਗੋਬਿੰਦਗੜ੍ਹ 'ਚ ਕੀ ਵੇਖ ਕੇ ਆਏ ਵੇਖੋ ਜੀ ਗੁਰੂ ਸਾਹਿਬ ਸਾਨੂੰ ਬਲ ਦੇਣ ਮਨ ਇਸ ਟਾਈਮ 'ਤੇ ਜਿਹੜਾ ਸਾਡਾ ਨਾ ਬਹੁਤ ਹੀ ਇਸ ਟਾਈਮ 'ਤੇ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਸਾਡਾ ਮਨ ਅੰਦਰੋਂ ਕਿੰਨਾ ਕੁ ਦੁਖੀ ਹੈ ਕਿਉਂਕਿ ਗੁਰੂ ਸਾਹਿਬ ਦੇ ਨਾਂ ਦੇ ਉੱਪਰ ਕਿਲਾ ਬਾਹਰ ਗੁਰੂ ਗੋਬਿੰਦਗੜ੍ਹ ਜਿਹੜਾ ਕਿਲਾ ਗੋਬਿੰਦਗੜ੍ਹ ਕਿਲਾ अंदर तोशाखाना जिहड़ा महाराजा रणजीत सिंह जिथे पुरातन साढ़े तो सिंह साडा सिख राज सीगा उत्थों शस्त्र जमा करदे सी इत्थों शस्त्र जिहड़ी पाकिस्तान दे कोलों इन्होंने अपना तोप जीती सी वह भी अंदर ही आ अंदर पई वह भी दूजे नंबर उत्ते जिहड़ा ये साडा सिख राज सी साडे महाराजा रणजीत सिंह जी वह गुरु गोबिंद सिंह सच्चे पातशाह की मर्यादा पूरे फॉलो कर वाले राजा सीगे सिख राज अंदर जड़े इन्होंने स्टैचू बनाए ने सिखा दे उन्होंने श्री साहब पाए हुए ने सैड से बरशे फड़े हुए ने जिमें साडा सरूप जिमें गुरु गोबिंद सिंह सच्चे पातशाह ने सानू सरूप बख्शे उस तरह का ही उस सरूप के उस स्टैचू ने मैं कहनी शर्म आनी चाहिए सानू पार्टी रखने वाले की भी लानता उन्होंने भी शर्म आनी चाहिए थी कि असी यहोजा काम इतने क्यों कर रहे अंदर की वेख के आए तुम तो परमिशन की इन्होंने को परमिशन जी कहते जी अंदर साढ़े को मीट शराब की परमिशन हैगी पर मैं कहनी हाँ कि इस टाइम उत्ते सानू अं तो यो कहने गुरु गोबिंद सिंह सच्चे पातशाह गड़ी अरदास करते हैं कि पातशाह अपने चरणा चो बल दौ जिमें बाबा बंदा सिंह बहादुर जी ने बल दिता सी ना इवें का बल दौ ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਰੋਕ ਸਕੀਏ ਸਾਨੂੰ ਥਾਪੜਾ ਦੇ ਕੇ ਤੁਰੋ ਸੋਨੀ ਦੀ ਗੱਲ ਚੱਲੀ ਸੀ ਤੇ ਮੇਰੀ ਭੈਣ ਨੇ ਇਹ ਗੱਲ ਕਹੀ ਕਿ ਭਾਈ ਧੌਣ ਵੀ ਲਾਉਣੀ ਪਏ ਤੇ ਮੁੜਦੇ ਨਹੀਂ ਤੇ ਅੱਜ ਅੰਦਰ ਵਿਦੇਸ਼ੀ ਵੀ ਔਰਤਾਂ ਤੇ ਦੇਸੀ ਵੀ ਔਰਤਾਂ ਜਾ ਰਹੀਆਂ ਵੇਖੋ ਜੀ ਇਹ ਹੁਣ ਇਹਨਾਂ ਨੇ ਸਾਨੂੰ ਕਹਿਤਾ ਕਿ ਸਰਕਾਰ ਵੱਲੋਂ ਪਰਮਿਸ਼ਨ ਹੈ ਅਸੀਂ ਤੁਹਾਨੂੰ ਭਗਵੰਤ ਮਾਨ ਦੇ ਗੱਲ 'ਚ ਪਰਨਾ ਪਾਵਾਂਗੇ ਨਾ ਕਦੋਂ ਸਾਡਾ ਕੋਈ ਪਤਾ ਨਹੀਂ ਜਿੱਥੇ ਵੀ ਸਾਨੂੰ ਟੱਕਰ ਗਿਆ ਅਸੀਂ ਖੁਦ ਦੇ ਕੋਲ ਜਾਵਾਂਗੇ ਅੱਜ ਅਸੀਂ ਹੁਣ ਉਹਨੂੰ ਉਹਦੇ ਕਿਵੇਂ ਪਾਰੀ ਹੋਵੇ ਤਾਂ ਕਿਤੇ ਨਾ ਕਿਤੇ ਕੰਜਰ ਖਿੱਲੀਆਂ ਡਾਉਂਦਾ ਹੋਊਗਾ ਉਹ ਕਿਹੜਾ ਘੱਟ ਆ ਉਹਨੇ ਤਾਂ ਉਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਜਿਹੜੀ ਚੀਜ਼ ਨੂੰ ਉਹ ਖਾਂਦਾ ਹੈ ਸਾਨੂੰ ਅੰਮ੍ਰਿਤਧਾਰੀ ਸਿੰਘ ਸਾਨੂੰ ਸਾਡੇ ਵਰਗੇ ਆਪਣੇ ਲਿਬਾਸ ਵਰਗੇ ਚੰਗੇ ਲੱਗਣੇ ਇਹੋ ਜਿਹੇ ਲੋਕਾਂ ਨੂੰ ਜਿਸ ਤਰ੍ਹਾਂ ਦੇ ਕੰਮ ਆਪ ਕਰਦੇ ਨੇ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਚੰਗੇ ਲੱਗਣੇ ਪਰ ਮੈਂ ਕਹਿੰਦੀ ਇੱਕ ਪਾਸੇ ਪੁਲਿਸ ਰੋਕਣ ਡਈ ਆ ਕਿ ਗੱਡੀਆਂ 'ਚ ਸ਼ਰਾਬ ਨਹੀਂ ਪਿਲਾਉਣੀ ਜਿਹਦੇ ਕੋਲ ਲਾਇਸੈਂਸ ਵਾ ਉਹ ਸ਼ਰਾਬ ਪਿਲਾਏ ਅਤੇ ਗੁਰੂ ਸਾਹਿਬ ਦੇ ਨਾਮ 'ਤੇ ਜਿਹੜਾ ਕਿਲਾ ਵਾ ਉਹਦੇ ਅੰਦਰ ਪਰਮਿਸ਼ਨ ਹੀ ਦੇ ਦਿੱਤੀ ਸਰਕਾਰ ਨੇ ਦੇਖੋ ਜੀ ਇਹਨਾਂ ਦਾ ਪ੍ਰਸ਼ਾਸਨ ਦਾ ਤਾਂ ਇਹਦੇ ਵਿੱਚ ਕੋਈ ਹੈ ਨਹੀਂ ਉਹਨਾਂ ਨੂੰ ਤਾਂ ਜੋ ਆਰਡਰ ਆਉਣੇ ਉਹਨਾਂ ਨੂੰ ਤਾਂ ਉਹੀ ਫੋਲੋ ਕਰਨਾ ਪੈਣਾ ਪਰ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਸੀਗੇ ਭਗਵੰਤ ਮਾਨ ਕਿਤੇ ਐਡਾ ਅਣਜਾਣ ਥੋੜ੍ਹੀ ਆ ਕਿ ਇਹਨੂੰ ਪਤਾ ਨਹੀਂ ਗਾ ਵੀ ਇੱਥੇ ਕਿਲਾ ਜਿਹੜਾ ਕਿਹਨਾਂ ਦੇ ਨਾਂ 'ਤੇ ਆ ਮਹਾਰਾਜਾ ਰਣਜੀਤ ਸਿੰਘ ਕਿੱਦਾਂ ਦੀ ਸ਼ਖਸੀਅਤ ਸੀਗੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੰਮ ਇਹੋ ਜਿਹੀਆਂ ਘਲਾਉਣੀਆਂ ਜਿਹੜੀਆਂ ਕਰਤੂਤਾਂ ਇੱਥੇ ਕਰਦੇ ਨੇ ਅੱਜ ਸਰਕਾਰ ਅੱਗੇ ਗੁਰੂ ਦੇ ਸਿੰਘ ਵੀ ਜਿਹੜੇ ਆ ਪਰਮਿਸ਼ਨ ਵੇਖ ਕੇ ਵਾਪਸ ਮੁੜ ਆਏ ਵੇਖੋ ਜੀ ਹੁਣ ਅਸੀਂ ਇਹਨਾਂ ਨੇ ਮੁੜ ਕੇ ਸਾਨੂੰ ਕੱਲ੍ਹ ਨੂੰ ਕਹਿਣਾ ਮਾਹੌਲ ਖਰਾਬ ਕਰਦੇ ਆ ਮੁੜ ਕੇ ਤੁਹਾਡੇ ਮੀਡੀਆ ਵਾਲੇ ਵੀਰਾਂ ਨੇ ਕਹਿਣਾ ਵੀ ਇਹ ਚੋਲਿਆਂ ਵਾਲੇ ਮਾਹੌਲ ਖਰਾਬ ਕਰਦੇ ਅਸੀਂ ਤਾਂ ਕਹਿੰਦੇ ਪਾਤਸ਼ਾਹ ਦੇਣ ਸਾਨੂੰ ਬਲ ਦਿਓ ਮਹਾਰਾਜ ਬਲ ਸਾਨੂੰ ਸੱਚੇ ਪਾਤਸ਼ਾਹ ਆਹ ਜਿਹੜੇ ਝੂਠੇ ਤਖਤਾਂ ਦੇ ਉੱਤੇ ਬੈਠੇ ਨੇ ਚੁੱਕਿਆਂ ਨੂੰ ਥੱਲੇ ਮਾਰੋ ਚਲੋ ਅੱਜ ਤਾਂ ਹੁਣ ਸਮਾਂ ਲੰਘ ਚੱਲਾ ਹਾਂਜੀ ਅੱਗਾਂ ਕੀ ਕਰੋਗੇ ਅੱਗੇ ਜੀ ਅਸੀਂ ਇਹਦੇ ਵਾਸਤੇ ਸੰਘਰਸ਼ ਵਿੱਢਾਂਗੇ
हैरीटेज के कहते भी हैरीटेज के अंडर आता हैरीटेज के अंदर तो बुत भी आते थे जिहड़े दरबार साहब के गिद्धे भंगड़े वाले बुत लगे थे महाराज ने कृपा की शहीद सिंह ने साडे सिर के उत्ते हाथ रखिया सिर ते हाथ रख के जे अं बुत चुका सके तो गुरु साहब कृपा करन ते कंजरखाना भी इत्थे जरूर बंद करवावांगे। आजाद भाई दास भाई गुरशरणजीत सिंह जी जथा सिरलत खालसा श्री अमृत गुरशरणजीत सिंह गुरशरणजीत सिंह जथा सिरलत खालसा। तो गल ये हुई है भी ये दारू तो मीट तो लड़कियां बेटियां का जिहड़ा डांस आ वह नहीं होएगा, बाकी वो जिहड़ा उन्हां दा कोई प्रोग्राम है वह अपना वैष्णो तौर पर मनाउणगे। वैसे तो प्रोग्राम हुण होणा ही कोई नहीं अंदर, चलो जो पहलों हुण अपने आउण तो पहलों जिहड़ा कोई हो गया उहदे ते आपां नहीं ना कोई कर सकदे। हुण जदों आपां आए उदों दी गल आ इह, हुण इहनां दे नाल इह गल्लबात साडी होई आ भी अंदर दारू जिहड़ी आ बाहर जाएगी तुहाडे सामणे जाएगी जिहड़ी भी हैगी आ, ते दारू सारी बाहर जाएगी होर जो भी चार पांच सिंह अही उन्ना चिर अंदर ही आ जिन्ना चिर इहनां दा प्रोग्राम नहीं। बाकी इहनां नूं जिहड़ा वा भी चलो बाकी गाणा हुण दवांगे इहनां दा, कोई ना शराब चलन दवांगे। कौण कौण जा रहे जी अंदर? जसविंदर सिंह जथा सिरलत खालसा, हाँ जी जथा सिरलत खालसा सिंह 3 भुपिंदर सिंह 6 जून ते भैण मनिंदर कौर। ਤੁਸੀਂ ਜਾ ਰਹੇ ਹੋ? ਹਾਂ ਜੀ ਜਾ ਰਹੇ ਹਾਂ। ਅੰਦਰ ਅੰਦਰ ਰਵਾਂਗੇ ਆਪਾਂ। ਕੀ ਕਮਿਟਮੈਂਟ ਹੋਈ? ਅੰਦਰ ਹੋਇਆ ਵੀ ਇਹਨਾਂ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਸ਼ਰਾਬ ਆ ਉਹ ਬੰਦ ਕਰ ਦਿੱਤੀ ਜਾਊਗੀ, ਹੁਣੇ ਬਾਹਰ ਆਊਗੀ ਤੁਹਾਡੇ ਸਾਹਮਣੇ ਸਾਰਿਆਂ ਦੇ, ਤੇ ਇੱਕ ਨਾਚ ਗਾਣਾ ਜਿਹੜਾ ਉਹ ਨਹੀਂ ਅਸੀਂ ਹੋਣ ਦੇਵਾਂਗੇ। ਕਿਹੜਾ ਨਾਚ ਗਾਣਾ ਨਹੀਂ ਹੁੰਦਾ? ਜਿੱਦਾਂ ਮਤਲਬ ਡਾਂਸਰਾਂ ਕੁਛ ਵੀ ਇਹਨਾਂ ਕਰਨਾ ਹੋਵੇ ਉਹ ਨਹੀਂ ਹੋਣ ਦੇਵਾਂਗੇ।